ਅਕਲ ਨੂੰ ਲੋੜੀ ਹੈ। ਮਹਾਰਾਜ ਜੀ ਕਹਿੰਦੇ ਆ ਇਸ ਨਰਕ ਚੋਂ ਮੈਂ ਤੈਨੂੰ ਕੱਢਣ ਆਇਆ, ਨਿਕਲ। ਅਸੀਂ ਜਦੋਂ ਗਿਆਨ ਪੜ੍ਹਿਆ ਤੇ ਨਿਕਲ ਗਏ, ਅੱਜ ਗਿਆਨ ਛੱਡਿਆ ਤੇ ਫਸ ਗਏ। ਆ ਭਲਕੇ ਲੋਹੜੀ ਹੈ 13 ਤਰੀਕ ਦੀ, ਤੇ ਲੋਹੜੀ ਦਾ ਪਿਛੋਕੜ ਪੜੋ ਪੜੋ। ਜਿਹੜੇ ਵੇਦ ਧਰਮ ਦੇ ਗ੍ਰੰਥ ਨੇ ਨਾ, ਉਹਨਾਂ ਚ ਪਤਾ ਕੀ ਲਿਖਿਆ ਹੋਇਆ, ਮਾਘੀ ਦੀ ਆ ਜਿਹੜੀ ਸੰਗਰਾਂਦ ਆਉਂਦੀ, ਉਹਦੇ ਤੋਂ ਇੱਕ ਦਿਨ ਪਹਿਲਾਂ ਪੋਹ ਦੀ ਰਾਤ ਨੂੰ ਉਹ ਤਿਲ ਤੇ ਰੋੜੀ ਉਹ ਹਵਨ ਕਰਕੇ ਖਾਂਦੇ ਨੇ ਤੇ ਉਹਦੇ ਚ ਹੀ ਪਾਉਂਦੇ ਨੇ। ਤੇ ਸਾਡੇ ਸਿੱਖਾਂ ਦੇ ਸਿਰ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੇ ਉਹਨੂੰ ਸੱਭਿਆਚਾਰ ਦਾ ਨਾਂ ਦੇ ਕੇ ਆਪਣੀ ਕੌਮ ਦੇ ਗਲ ਪਾਤਾ, ਤੇ ਲੋਹੜੀ ਤੇ ਇਹੋ ਜਿਹਾ ਲੋਹੜਾ ਲਿਆਉਣਾ ਸਵੇਰੇ ਇਹਨਾਂ ਨੇ। ਸਭ ਤੋਂ ਵੱਧ ਮੀਟ, ਸ਼ਰਾਬ, ਗੰਦੇ ਗੀਤ, ਲੱਚਰ ਡੀਜੇ ਰਾਜ 1-1 ਵਜੇ ਤੱਕ ਚੱਲਣੇ ਨੇ, ਮੱਸੇ ਰੰਗੜ ਬਣ ਕੇ ਭੰਗੜੇ ਪੈਣੇ ਨੇ ਲੋਹੜੀ ਤੇ। ਔਰ ਜਿੰਨਾ ਪੈਸਾ ਕੱਲ ਨੂੰ ਬਰਬਾਦ ਕੀਤਾ ਜਾਣਾ ਹੈ, ਜੇ ਕਿਤੇ ਅਸੀਂ ਅਕਲ ਵਾਲੇ ਹੁੰਦੇ, ਇੱਥੇ ਲੋਹੜੀ ਤੇ ਪੈਸਾ ਬਰਬਾਦ ਕਰਕੇ ਪੰਜਾਬ ਤੇ ਸਿੱਖੀ ਲਈ ਲੋਹੜਾ ਨਾ ਲਿਆਉਂਦੇ, ਗੁਰੂ ਤੋਂ ਅਕਲ ਲੈ ਕੇ ਇਹਨਾਂ ਘਟੀਆ ਰੀਤੀ ਰਿਵਾਜਾਂ ਤੋਂ ਬਚਦੇ। ਤੁਸੀਂ ਲੋਹੜੀ ਤੇ ਲੋਹੜਾ ਲਿਆਓ, ਅਸੀਂ ਤਾਂ ਇਹ ਕੰਮ ਨਹੀਂ ਕਰਾਂਗੇ, ਸਿੱਖ ਤਾਂ ਐਵੇਂ ਨਹੀਂ ਕਰਦਾ। ਉਹ ਕਹਿੰਦਾ ਮੈਂ ਕੋਈ ਹਵਨ ਕਰਨ ਵਾਲਾ ਥੋੜਾ ਹੈ, ਮੈਂ ਤਾਂ ਗਿਆਨੀ ਹੈ, ਗਿਆਨ ਪੜ੍ਹਨ ਵਾਲਾ ਹੈ, ਗਿਆਨ ਵੰਡਣ ਵਾਲਾ ਹੈ, ਗਿਆਨ ਤੇ ਚੱਲਣ ਵਾਲਾ ਹੈ। ਤੇ ਗਿਆਨ ਵੰਡਣ ਵਾਲੇ, ਅਮਲ ਕਰਨ ਵਾਲੇ ਫਿਰ ਲੋਹੜੀ ਤੇ ਲੋਹੜਾ ਨਹੀਂ ਲਿਆਉਂਦੇ, ਮਾਸ, ਸ਼ਰਾਬ, ਡੀਜੇ, ਲੱਚਰ, ਕਲਾਕਾਰੀ, ਔਰ ਸਾਰੀ ਰਾਤ ਹੀ ਕੁਛ ਚੱਲਣਾ, ਔਰ ਕਰੋੜਾਂ ਰੁਪਈਏ ਇੱਥੇ ਬਰਬਾਦ ਹੋਣੇ ਨੇ। ਜੇ ਕਿਤੇ ਕੱਲ ਦੀ ਆ ਲੋਹੜੇ ਨੂੰ ਬੰਦ ਕਰਕੇ ਲੋਹੜੀ ਨੂੰ ਇੰਨਾ ਪੈਸਾ ਅੱਜ ਤਹੱਈਆ ਕਰ ਲਓ ਕਿ ਅਸੀਂ ਬਚਾਉਣਾ ਹੈ, ਤੇ ਆਪਾਂ ਫ੍ਰੀ ਮੈਡੀਕਲ ਐਜੂਕੇਸ਼ਨ ਦੇ ਸਕਦੇ ਹਾਂ, ਧੀਆਂ ਬੱਚੀਆਂ ਦੇ ਆਨੰਦ ਕਾਰਜ ਹੋ ਸਕਦੇ ਨੇ, ਲੋੜਵੰਦਾਂ ਦੀ ਮਦਦ ਕੀਤੀ ਜਾ ਸਕਦੀ, ਇੱਕ ਨਿਵੇਕਲੀ ਪਛਾਣ ਜਾ ਸਕਦੀ ਸਾਡੀ ਦੁਨੀਆਂ ਦੇ ਉੱਤੇ ਜਿੱਥੇ ਜਿੱਥੇ ਵੀ ਸਿੱਖ ਬੈਠਾ ਹੈ। ਪਰ ਤੁਸੀਂ ਸੁਣ ਕੇ ਚੱਲ ਜਾਣਾ ਹੈ, ਮੈਂ ਬੋਲ ਕੇ ਚਲੇ ਜਾਣਾ, ਹੋਣਾ ਉਹੀ ਹੈ। ਉਹ ਬਾਹਮਣ ਦੀ ਤਰ੍ਹਾਂ ਪਾਥੀਆਂ ਬਾਲੋ, ਉਹਦੇ ਆਲੇ ਦੁਆਲੇ ਬੈਠੋ, ਉਹ ਜਿਵੇਂ ਉਹ ਹਵਨ ਕਰਦਾ ਸੀ ਉਵੇਂ ਆਪਾਂ ਕਰੀ ਜਾਣਾ। ਮੈਂ ਬੋਲ ਕੇ ਚੱਲ ਜਾਣਾ, ਤੁਸੀਂ ਸੁਣ ਕੇ ਚੱਲ ਜਾਣਾ, ਬਾਹਰ ਜਾ ਕੇ ਸਾਰਿਆਂ ਸਿਰ ਝਾੜ ਦੇਣਾ। ਆਖਿਆ ਤੇ ਬਹੁਤ ਵਧੀਆ, ਮੰਨਣਾ ਨਹੀਂ। ਗੁਰੂ ਕਹਿੰਦਾ ਜਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਆਹ ਮੈਂ ਰੀਤਾਂ ਰਿਵਾਜ ਸਾਰੇ ਸਾੜ ਦਿੱਤੇ ਨੇ। ਸ਼ਬਦ ਦੀ ਪ੍ਰੀਤ ਪਾਲੀ ਹੋਈ ਹੈ ਜਿਹਨੇ ਮੈਨੂੰ ਰੀਤ ਚੋਂ ਕੱਢ ਕੇ ਮਰਿਆਦਾ ਦਿੱਤੀ ਹੋਈ ਹੈ। ਮਰਿਆਦਾ ਇੱਕ ਡਿਸਿਪਲਨ ਹੈ, ਲਾ ਹੈ, ਨਿਭਾਇਆ ਜਾਂਦਾ, ਤੋੜਿਆ ਨਹੀਂ ਜਾਂਦਾ। ਰੀਤਾਂ ਰੋਜ਼ ਬਣਦੀਆਂ ਤੇ ਟੁੱਟਦੀਆਂ ਨੇ।